ਮੇਰੀ ਇੱਕ ਛੋਟੀ ਸਿਸਟਰ ਆਉਂਦੀ ਹੁੰਦੀ ਸੀਗੀ ਅਤੇ ਉਹ ਵੀ ਖੁਦ ਹੀ ਮੇਰੇ ਘਰ ਆ ਕੇ ਕੰਮ ਕਰਦੀ ਹੁੰਦੀ ਸੀ, ਖਾਣਾ ਛਾਣਾ ਉਹਨੇ ਖੁਦ ਹੀ ਖਵਾਉਣਾ ਅਤੇ ਖਾਣਾ ਨਾਲੇ ਸਾਨੂੰ ਖਵਾਉਣਾ। ਮੇਰੀ ਸਿਸਟਰ ਵੀ ਉਹ ਕਾਫੀ ਅਰਸਾ ਤੋਂ ਨਹੀਂ ਆਈ ਹੈਗੀ। ਮੇਰੀ ਅੰਮੀ ਆਉਂਦੀ ਹੁੰਦੀ ਸੀਗੀ, ਆਉਂਦੀ ਤਾਂ ਅੰਮੀ ਇੱਕ ਘੰਟੇ ਵਾਸਤੇ ਹੁੰਦੀ ਸੀ, ਲੇਕਿਨ ਜਿੰਨੀ ਦੇਰ ਉਹਨੇ ਰਹਿਣਾ ਨਾ ਕੋਈ ਮੇਰੇ ਨਾਲ ਕੰਮ ਕਰਾਉਂਦੀ ਰਹਿਣਾ। ਅੰਮੀ ਨੂੰ ਵੀ 5-6 ਮਹੀਨੇ ਹੋ ਗਿਆ, ਉਹ ਵੀ ਨਹੀਂ ਆਈ। ਇੱਕ ਸਈਦ ਦੀ ਸਿਸਟਰ ਹੀ ਯਾਰਕਾਂ ਤੋਂ ਆਉਂਦੀ ਹੁੰਦੀ ਸੀਗੀ, ਮਾਡਲ ਟਾਊਨ ਤੋਂ ਬਹੁਤ ਜ਼ਿਆਦਾ ਮੇਰੇ ਘਰ ਆਉਂਦੀ ਹੁੰਦੀ ਸੀਗੀ। ਅਤੇ ਉਹ ਵੀ ਜਦੋਂ ਆਉਂਦੀ ਸੀ ਨਾ ਮੇਰੇ ਘਰ ਤਾਂ ਬਹਿੰਦੀ ਨਹੀਂ ਸੀ ਹੁੰਦੀ ਆ ਕੇ ਨਾ, ਅਤੇ ਉਹਨੇ ਬਿਰਿਆਨੀ ਬਣਾਉਣੀ, ਕੋਰਮਾ ਬਣਾਉਣਾ, ਜਿਹੜੀ ਵੀ ਸ਼ਾਇਦ ਪਕਾਉਣੀ ਨਾ ਉਹਨੇ ਖੁਦ ਹੀ ਪਕਾਉਣੀ। ਉਹਦਾ ਵੀ ਮੈਨੂੰ ਬਹੁਤ ਜ਼ਿਆਦਾ ਆਰਾਮ ਹੁੰਦਾ ਸੀਗਾ, ਉਹਦਾ ਵੀ ਮੈਂ ਇੰਤਜ਼ਾਰ ਕਰਦੀ ਰਹਿੰਦੀ ਹਾਂ, ਉਹ ਵੀ ਨਹੀਂ ਆਉਂਦੀ। ਅਸਲ 'ਚ ਉਹਦੀਆਂ ਪਹਿਲੇ ਬੇਟੀਆਂ ਹੋਈਆਂ ਸੀ ਘਰ, ਤੋਂ ਬੇਟੀਆਂ ਘਰ ਦਾ ਕੰਮ ਕਰ ਲੈਂਦੀਆਂ ਸੀਗੀਆਂ ਤਾਂ ਉਹ ਆ ਜਾਂਦੀ ਸੀ। ਹੁਣ ਨਾ ਉਹਨੇ ਬੇਟੀਆਂ ਦੀ ਸ਼ਾਦੀ ਕਰ ਦਿੱਤੀ ਹੈ, ਇਸ ਵਜ੍ਹਾ ਤੋਂ ਨਾ ਉਹਦਾ ਟਾਈਮ ਨਹੀਂ ਲੱਗਦਾ ਆਉਣ ਦਾ। ਅਤੇ ਉਹ ਜਦੋਂ ਆਉਂਦੀ ਹੁੰਦੀ ਸੀ ਨਾ ਉਹ ਵੀ ਮੈਨੂੰ ਕੋਈ ਕੰਮ ਨਹੀਂ ਸੀ ਕਰਨ ਦਿੰਦੀ ਹੁੰਦੀ, ਕਹਿੰਦੀ ਹੁੰਦੀ ਸੀ ਬਸ ਬੈਠੀ ਰਹਿ, ਉਹਨੇ ਹਰ ਖਾਣਾ ਛਾਣਾ ਜੋ ਵੀ ਬਣਾਉਣਾ ਉਹਨੇ ਖੁਦ ਹੀ ਬਣਾਉਣਾ। ਅਗਰ ਉਹ ਸੁਣਦੇ ਆ ਨਾ ਤਿੰਨੇ ਮਹਿਮਾਨ ਤਾਂ ਜ਼ਰੂਰ ਮੇਰੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ, ਵੈਲਕਮ ਹੋ ਗਿਆ ਜੀ ਤੁਹਾਡਾ ਆਪਣਾ ਹੀ ਚੈਨਲ ਸਾਈਦ ਇਕਬਾਲ ਸਾਦ ਇਕਬਾਲ ਬਲੌਗ ਚੈਨਲ। ਅਸੀਂ ਲੈਣਾ ਹੈ ਫਰੂਟ ਇੱਥੋਂ, ਆਮ ਕੁਰਮਾਨੀ ਅਤੇ ਆਲੂ ਬੁਖਾਰਾ ਲਵਾਂਗੇ, ਮਾਸ਼ਾਅੱਲਾ ਬਿਲਕੁਲ ਸਾਫ਼ ਸੁਥਰਾ ਆਲੂ ਬੁਖਾਰਾ, ਅਤੇ ਅੰਬ ਲਵਾਂਗੇ ਦੁਸ਼ਹਿਰੀ, ਅਤੇ ਕੁਰਮਾਨੀ ਵੀ ਸਹੀ ਹੈ, ਆਲੂ ਬੁਖਾਰਾ ਵੀ ਤਕਰੀਬਨ ਸਹੀ ਹੈ। ਵੀਡੀਓ ਅੱਛੀ ਲੱਗੇ ਤੈਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਅਤੇ ਅੱਗੇ ਦੇ ਜਿਹੜੇ ਵੀ ਸੀਨ ਹੋਣਗੇ, ਸੁਬਹਾ ਸੁਬਹਾ ਦਾ ਟਾਈਮ ਆ ਤਕਰੀਬਨ 9 ਵਜੇ ਦਾ, ਉਹ ਤੁਹਾਨੂੰ ਦਿਖਾਵਾਂਗੇ। ਹੈਲੋ ਗਾਈਜ਼, ਇਹ ਹੈ ਹਮਾਈ ਦਾ ਕਬੂਤਰ, ਇਹ ਛੱਤ ਦੇ ਥੱਲੇ ਆ ਕੇ ਦੇਖ ਲ ਸਕਦੇ, ਥੋੜ੍ਹਾ ਜਿਹਾ ਪਾਣੀ ਇੱਥੇ ਡੁੱਲਿਆ ਹੋਇਆ, ਉਹ ਪਾਣੀ ਪੀ ਰਿਹਾ। ਇਹਨਾਂ ਨੂੰ ਜਦੋਂ ਵੀ ਗਰਮੀ ਲੱਗਦੀ ਹੈ ਫੌਰਨ ਸੀੜੀਆਂ ਥਾਣੀ ਉੱਡ ਕੇ ਨਹੀਂ ਆਉਣਾ, ਇਹਨਾਂ ਦੇ ਕਬੂਤਰਾਂ ਦੀ ਇਹ ਖੂਬੀ ਆ। ਅਤੇ ਸਭ ਤੋਂ ਮਹਿੰਗੇ ਕਬੂਤਰ ਇਹ ਹੀ ਆ, ਇਹਨਾਂ ਦੀ ਖੂਬੀ ਇਹ ਕਿ ਇਹਨਾਂ ਨੇ ਸੀੜੀਆਂ ਤੋਂ ਤੁਰ ਕੇ ਜਿੱਦਾਂ ਬੰਦਾ ਨਹੀਂ ਸੀੜੀ ਚੜ੍ਹਦਾ ਜਾਂ ਲੱਥਦਾ, ਐਵੇਂ ਇਹਨਾਂ ਨੇ ਲੱਥ ਕੇ ਆਉਣਾ, ਉੱਡ ਕੇ ਨਹੀਂ ਆਉਣਾ। ਅਤੇ ਇੱਕ ਕਬੂਤਰ ਜਦੋਂ ਹਮਾਈਓ ਘਰ ਸੁੱਤਾ ਹੁੰਦਾ ਤਾਂ ਉਹਦੀ ਮੰਜੀ ਦੇ ਥੱਲੇ ਆ ਕੇ ਇਹਨਾਂ ਨੇ ਬੈਠੇ ਰਹਿਣਾ, ਜਦੋਂ ਉਹਨੇ ਉੱਠਣਾ ਵਾ ਅਤੇ ਫਿਰ ਇਹਨਾਂ ਨੇ ਦੇਖ ਦੂ ਕੇ ਅਤੇ ਫਿਰ ਉਹਨੂੰ ਚੱਲਣਾ। ਐਡੇ ਸਿਆਣੇ ਕਬੂਤਰ ਆ ਇਹ, ਅਤੇ ਉਹ ਇਹਨਾਂ ਦੀ ਕੇਅਰ ਵੀ ਕਰਦਾ ਵਾ। ਅਤੇ ਆਪਣਾ ਹੁਣ ਦੇਖੋ ਹਮਾਈਓ ਨੇ ਰੋਟੀ ਸਿੱਟੀ ਹੈ, ਫੌਰਨ ਖਾ ਲਈ, ਅਸੀਂ ਸੁੱਟਾਂਗੇ, ਨਹੀਂ ਖਾਂਦੇ। ਸੀੜੀ ਵੱਲ ਇਹਨਾਂ ਨੇ ਹੁਣ ਸੀੜੀ ਵੱਲ ਜਾਣਾ ਵਾ, ਪਾਣੀ ਪੀ ਲਿਆ, ਹੁਣ ਸੀੜੀ ਚੜ੍ਹ ਕੇ ਹੁਣ ਤੁਹਾਨੂੰ ਦਿਖਾਵਾਂਗੇ ਲਾਈਵ ਕਿ ਤੁਸੀਂ ਗਾਣਾ ਸ਼ਾਇਦ ਝੂਠ ਮਾਰਦਾ ਆ, ਉਹ ਸੀੜੀ ਕੋਲ ਚਲੇ ਗਿਆ। ਦੇਖ ਸਕਦੇ ਆ ਤੁਸੀਂ, ਇੱਦਾਂ ਸੀੜੀ ਚੜ੍ਹ ਕੇ ਜਾਂਦੇ ਨੇ ਜਿੱਦਾਂ ਬੰਦਾ ਚੜ੍ਹ, ਇੱਦਾਂ ਇਹਨੇ ਚੜ੍ਹ ਕੇ ਜਾਣਾ, ਸਾਰੇ ਕਬੂਤਰ ਐਵੇਂ ਕਰਦੇ, ਉੱਡ ਕੇ ਨਹੀਂ ਜਾਂਦੇ, ਉਹ ਲੱਥ ਗਿਆ ਫਿਰ, ਅਤੇ ਹੁਣ ਫਿਰ ਇੱਦਾਂ ਹੀ ਜਾਏਗਾ। ਦੇਖ ਸਕਦੇ ਹੋ
ਅੱਜ ਜਿਹੜਾ ਮੈਂ ਸੂਟ ਪਾਇਆ ਵਾ ਨਾ ਉਹਦੇ ਨਾਲ ਆਇਆ ਵਾਲੀ ਲਿੰਕ ਯੂਸਫ ਨੂੰ ਛੱਡ ਜਾਵੋ ਤਾਂ ਆਪੇ ਹੀ ਇਹ ਆ ਜਾਊਗਾ ਕੱਲ ਨੂੰ ਤੇਰਾ ਤਾਇਆ ਛੱਡ ਆਊ ਤੈਨੂੰ ਸਹੀ ਆ ਨਾ ਕਿਉਂ ਤੁਸੀਂ ਪਾਣੀ ਲਾਉਣਾ ਜਾ ਕੇ ਫੇਰਾ ਮਾਰਨਾ ਮਰਬੇ ਇੱਥੇ ਕਾਰੀ ਹੈਗਾ ਵਾ ਕਾਰੀ ਦਾ ਨਾ ਫਿਕਰ ਕਰ ਹਾਂ ਇੱਥੇ ਕਾਰੀ ਦੇ ਘਰ ਚਲਾ ਦਾਂਗੇ ਕੀ ਭਲਾ ਮੇਰੀ ਇੱਕ ਛੋਟੀ ਸਿਸਟਰ ਆਉਂਦੀ ਹੁੰਦੀ ਸੀਗੀ ਅਤੇ ਉਹ ਵੀ ਖੁਦ ਹੀ ਮੇਰੇ ਘਰ ਆ ਕੇ ਕੰਮ ਕਰਦੀ ਹੁੰਦੀ ਸੀਗੀ ਖਾਣਾ ਛਾਣਾ ਉਹਨੇ ਖੁਦ ਹੀ ਖਵਾਉਣਾ ਅਤੇ ਖਾਣਾ ਨਾਲੇ ਸਾਨੂੰ ਖਵਾਉਣਾ ਮੇਰੀ ਸਿਸਟਰ ਵੀ ਉਹ ਕਾਫੀ ਅਰਸਾ ਤੋਂ ਨਹੀਂ ਆਈ ਹੈਗੀ ਮੇਰੀ ਅੰਮੀ ਆਉਂਦੀ ਹੁੰਦੀ ਸੀਗੀ ਉਹਦੀ ਤਾਂ ਅੰਮੀ ਇੱਕ ਘੰਟੇ ਵਾਸਤੇ ਹੁੰਦੀ ਸੀ ਲੇਕਿਨ ਜਿੰਨੀ ਦੇਰ ਉਹਨੇ ਰਹਿਣਾ ਨਾ ਕੋਈ ਨਾ ਕੋਈ ਮੇਰੇ ਨਾਲ ਕੰਮ ਕਰਾਉਂਦੀ ਰਹਿਣਾ ਮੈਨੂੰ ਵੀ 5-6 ਮਹੀਨੇ ਹੋ ਗਏ ਉਹ ਵੀ ਨਹੀਂ ਆਈ ਇੱਕ ਸਾਈਡ ਦੀ ਸਿਸਟਰ ਹੀ ਵਿਆਰਤਾਂ ਤੋਂ ਆਉਂਦੀ ਹੁੰਦੀ ਸੀਗੀ ਮਾਡਲ ਟਾਊਨ ਬਹੁਤ ਜ਼ਿਆਦਾ ਮੇਰੇ ਘਰ ਆਉਂਦੀ ਹੁੰਦੀ ਸੀਗੀ ਅਤੇ ਉਹ ਵੀ ਜਦੋਂ ਆਉਂਦੀ ਸੀ ਨਾ ਮੇਰੇ ਘਰ ਤਾਂ ਬਹਿੰਦੀ ਨਹੀਂ ਸੀ ਹੁੰਦੀ ਆ ਕੇ ਨਾ ਅਤੇ ਉਹਨੇ ਬਿਰਿਆਨੀ ਬਣਾਉਣੀ ਕੋਰਮਾ ਬਣਾਉਣਾ ਜਿਹੜੀ ਵੀ ਸ਼ੈ ਪਕਾਉਣੀ ਨਾ ਉਹਨੇ ਖੁਦ ਹੀ ਪਕਾਉਣੀ ਉਹਦਾ ਵੀ ਮੈਨੂੰ ਬਹੁਤ ਜ਼ਿਆਦਾ ਆਰਾਮ ਹੁੰਦਾ ਸੀਗਾ ਉਹਦਾ ਵੀ ਮੈਂ ਇੰਤਜ਼ਾਰ ਕਰਦੀ ਰਹਿੰਦੀ ਹਾਂ ਉਹ ਵੀ ਨਹੀਂ ਆਉਂਦੀ ਅਸਲ 'ਚ ਉਹਦੀਆਂ ਪਹਿਲੇ ਬੇਟੀਆਂ ਹੁੰਦੀਆਂ ਸੀ ਘਰ 'ਚ ਬੇਟੀਆਂ ਘਰ ਦਾ ਕੰਮ ਕਰ ਲੈਂਦੀਆਂ ਸੀਗੀਆਂ ਉਹ ਆ ਜਾਂਦੀ ਸੀ ਹੁਣ ਨਾ ਉਹਨੇ ਬੇਟੀਆਂ ਦੀ ਸ਼ਾਦੀ ਕਰ ਦਿੱਤੀ ਹੈ ਇਸ ਵਜ੍ਹਾ ਤੋਂ ਨਾ ਉਹਦਾ ਟਾਈਮ ਨਹੀਂ ਲੱਗਦਾ ਆਉਣ ਦਾ ਅਤੇ ਉਹ ਜਦੋਂ ਆਉਂਦੀ ਹੁੰਦੀ ਸੀ ਨਾ ਉਹ ਵੀ ਮੈਨੂੰ ਕੋਈ ਕੰਮ ਨਹੀਂ ਸੀ ਕਰਨ ਦਿੰਦੀ ਹੁੰਦੀ ਕਹਿੰਦੀ ਹੁੰਦੀ ਸੀ ਬਸ ਬੈਠੀ ਰਹਿ ਉਹਨੇ ਹਰ ਖਾਣਾ ਛਾਣਾ ਜੋ ਵੀ ਬਣਾਉਣਾ ਉਹਨੇ ਖੁਦ ਹੀ ਬਣਾਉਣਾ ਅਗਰ ਉਹ ਸੁਣਦੇ ਆ ਨਾ ਤਿੰਨੇ ਮਹਿਮਾਨ ਤਾਂ ਜ਼ਰੂਰ ਮੇਰੇ ਘਰ ਆਉਣ ਕਿਉਂਕਿ ਮੈਂ ਉਹਨਾਂ ਦੇ ਇੰਤਜ਼ਾਰ ਦੇ ਵਿੱਚ ਨਾ ਹਰ ਟਾਈਮ ਟੈਨਸ਼ਨ 'ਚ ਰਹਿੰਦੀ ਹਾਂ ਜਿਨ੍ਹਾਂ ਦੇ ਵਿੱਚ ਮੇਰੀ ਅੰਮੀ ਮੇਰੀ ਛੋਟੀ ਸਿਸਟਰ ਸਈਦ ਦੀ ਵੱਡੀ ਸਿਸਟਰ ਇਹ ਤਿੰਨ ਮਹਿਮਾਨ ਮੇਰੇ ਘਰ ਆ ਕੇ ਕੰਮ ਕਰਦੇ ਸੀਗੇ ਅਤੇ ਮੈਨੂੰ ਇਹਨਾਂ ਦੇ ਨਾ ਕੰਮ ਯਾਦ ਆਉਂਦੇ ਆ ਅਤੇ ਇਹਨਾਂ ਦੀ ਯਾਦ ਤਾਂ ਮੈਨੂੰ ਘੱਟ ਹੀ ਆਉਂਦੀ ਬਸ ਜਿਹੜਾ ਇਹ ਮੈਨੂੰ ਆਰਾਮ ਦਿੰਦੇ ਸੀ ਨਾ ਉਹ ਆਰਾਮ ਦੀ ਮੈਨੂੰ ਯਾਦ ਆਉਂਦੀ ਅਤੇ ਜ਼ਰੂਰ ਇਹ ਆਉਣ ਮੇਰੇ ਘਰ ਅਤੇ ਮੈਂ ਸਾਰਾ ਦਿਨ ਘਰ ਦੇ ਵਿੱਚ ਬੈਠੀ ਨਾ ਚੁੱਪ ਚਾਪ ਰਹਿੰਦੀ ਹਾਂ ਖਾਸ ਕਰ ਮੇਰੀ ਅੰਮੀ ਸੁਣਦੀ ਆ ਨਾ ਤੂੰ ਵੀ ਆ ਜਾਵੇ
ਮੇਰੀ ਭੈਣ ਸੁਣਦੀ ਆ ਉਹ ਵੀ ਆ ਜਾਵੇ, ਸਈਦ ਦੀ ਵੱਡੀ ਬਾਜੀ ਸੁਣਦੀ ਆ ਨਾ ਉਹ ਵੀ ਜ਼ਰੂਰ ਆਵੇ, ਕਿਉਂਕਿ ਮਾਡਲ ਟਾਊਨ ਬਹੁਤ ਜ਼ਿਆਦਾ ਆਉਂਦੀ ਸੀਗੀ, ਇੱਥੇ ਨਹੀਂ ਆਉਂਦੀ ਹੈਗੀ ਕਿਉਂਕਿ ਉਹ ਇਕੱਲੀ ਹੋ ਗਈ ਆ, ਉਹ ਉਹਦੀਆਂ ਬੇਟੀਆਂ ਹੁੰਦੀਆਂ ਸੀਗੀਆਂ ਉਹ ਆ ਜਾਂਦੀਆਂ ਸੀ ਬੇਟੀਆਂ ਦੇ ਸਿਰ 'ਤੇ। ਹੁਣ ਬੇਟੀਆਂ ਦੀ ਸ਼ਾਦੀ ਹੋ ਗਈ ਆ, ਹੁਣ ਉਹ ਘਰੋਂ ਨਿਕਲ ਨਹੀਂ ਸਕਦੀ। ਵੀਵਰ, ਇਹ ਸੀ ਸਾਡੀ ਅੱਜ ਦੀ ਵੀਡੀਓ। ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਬੈੱਲ ਦੇ ਬਟਨ ਨੂੰ ਪ੍ਰੈਸ ਕਰਨਾ ਅਤੇ ਇਹ ਵੀਡੀਓ ਮੁਕੰਮਲ ਵਾਚ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਬਰ ਵਕਤ ਪਹੁੰਚੇ। ਅੱਲਾ ਹਾਫਿਜ਼।